ਸਤਿਕਾਰ ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਆਂ ਲੈ ਕੇ ਹਾਜ਼ਰ ਆਂ ਖਬਰਾਂ ਦਾ ਇਹ ਬੁਲੇਟਿਨ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਹੈਡਲਾਈਨਸ ਤੇ ਪਾਕਿਸਤਾਨੀ ਬੱਚੇ ਮੁਬਾਰਕ ਦੀ ਹੋਈ ਰਿਹਾਈ ਜੋ ਕਿ ਤਕਰੀਬਨ 22 ਮਹੀਨੇ ਪਹਿਲਾਂ ਭਾਰਤੀ ਸਰਹੱਦ ਅੰਦਰ ਦਾਖਲ ਹੋ ਗਿਆ ਸੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਝੱਲ ਠੀਕਰੀਵਾਲ ਦੇ ਨੌਜਵਾਨ ਨੂੰ ਸਿਰਫ 3 ਮਹੀਨੇ ਲਈ ਕੀਤਾ ਗਿਆ ਅਗਵਾ ਇਸ ਖਬਰ ਨੇ ਪਿੰਡ ਵਾਲਿਆਂ ਦੇ ਉਡਾ ਦਿੱਤੇ ਹੋਸ਼ ਸਨੀ ਦਿਓਲ ਨੇ ਪਠਾਨਕੋਟ ਵਾਸੀਆਂ ਨੂੰ ਦਿੱਤੀ ਖੁਸ਼ਖਬਰੀ ਨੈਰੋ ਗੇਜ ਐਲੀਵੇਟਡ ਟਰੈਕ ਦੇ ਪ੍ਰੋਜੈਕਟ ਨੂੰ ਮਿਲੀ ਹਰੀ ਝੰਡੀ ਬਠਿੰਡਾ ਵਿਖੇ ਪਹੁੰਚੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਫੂਡ ਐਂਡ ਪ੍ਰੋਸੈਸਿੰਗ ਟੈਕਨੋਲੋਜੀ ਦੇ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਅਗਾਂਹ ਵਧੂ ਨੌਜਵਾਨਾਂ ਨੂੰ ਕੀਤਾ ਗਿਆ ਸਨਮਾਨਿਤ ਪੁਲਿਸ ਨੂੰ ਚਕਮਾ ਦੇ ਕੇ ਹਰਪ੍ਰੀਤ ਸਿੰਘ ਨਾਮ ਦਾ ਕੈਦੀ ਹਸਪਤਾਲ ਵਿੱਚੋਂ ਹੋਇਆ ਫਰਾਰ ਨਾਭਾ ਦੇ ਵਿੱਚ ਹੋਈ ਭਾਰੀ ਬਾਰਿਸ਼ ਦਿਨ ਵਿੱਚ ਹੀ ਛਾ ਗਿਆ ਹਨੇਰਾ ਪਾਕਿਸਤਾਨੀ ਨਾਬਾਲਗ ਬੱਚਾ ਮੁਬਾਰਕ ਬਿਲਾਲ ਜਿਸ ਦੀ ਉਮਰ 16 ਸਾਲਾਂ ਦੀ ਦੱਸੀ ਜਾ ਰਹੀ ਹੈ ਜਿਸ ਨੇ ਕਰੀਬ 22 ਮਹੀਨੇ ਪਹਿਲਾਂ ਬਾਰਡਰ ਕ੍ਰਾਸ ਕਰ ਲਿਆ ਸੀ ਤੇ ਭਾਰਤੀ ਸਰਹੱਦ ਅੰਦਰ ਗਲਤੀ ਨਾਲ ਦਾਖਲ ਹੋ ਗਿਆ ਸੀ ਦੱਸ ਦਈਏ ਕਿ ਮੁਬਾਰਕ ਨੂੰ BSF ਨੇ ਹਿਰਾਸਤ ਵਿੱਚ ਲੈ ਲਿਆ ਸੀ ਦੱਸ ਦਈਏ ਕਿ ਮੁਬਾਰਕ ਪਿਛਲੇ 22 ਮਹੀਨਿਆਂ ਤੋਂ ਜੇਲ੍ਹ ਵਿੱਚ ਹੀ ਬੰਦ ਸੀ ਜਿਸ ਨੂੰ ਕਿ ਹੁਣ ਇੰਡੀਅਨ ਗਵਰਨਮੈਂਟ ਨੇ ਰਿਹਾ ਕਰ ਦਿੱਤਾ ਹੈ ਹੁਕਮਾਂ ਅਨੁਸਾਰ ਜਿਹੜਾ ਇਹ ਬੱਚਾ ਆ ਮੁਬਾਰਕ ਬਿਲਾਲ ਇਹ ਅੱਜ ਰਿਹਾ ਹੋ ਰਿਹਾ ਇਹ ਬੱਚਾ ਜਿਹੜਾ ਹੈਗਾ ਇਹ 15.5 ਸਾਲ ਦੀ ਉਮਰ ਸੀ ਇਹ ਖੇਮਕਰਨ ਦੇ ਬਾਰਡਰ ਜਿਹੜਾ ਤਰਨਤਾਰਨ ਦੇ ਲਾਗਿਓਂ 22 ਮਹੀਨੇ ਪਹਿਲਾਂ ਜਿਹੜਾ ਇਹ BSF ਦੇ ਦੁਆਰਾ ਫੜਿਆ ਗਿਆ ਸੀਗਾ ਅਤੇ ਅੱਜ ਇਹਦੀ ਰਿਹਾਈ ਹੋ ਰਹੀ ਆ ਕਿਉਂਕਿ ਹੁਣ ਇਹਦੀ ਉਮਰ ਜਿਹੜੀ ਆ ਉਹ ਤਕਰੀਬਨ 17.5 ਸਾਲ ਜਿਹੜੀ ਆ ਉਹ ਹੋ ਗਈ ਆ ਅਤੇ ਇਹ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ ਰਹਿਣ ਵਾਲਾ ਅਤੇ ਅੱਜ ਇਸ ਨੂੰ ਜਿਹੜਾ BSF ਦੇ ਹਵਾਲੇ ਜਿਹੜਾ ਉਹ ਅਟਾਰੀ ਵਾਹਗਾ ਬਾਰਡਰ 'ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੀਤਾ ਜਾਵੇਗਾ ਅਤੇ ਉਹ ਇਸ ਨੂੰ ਪਾਕਿਸਤਾਨੀ ਰੇਂਜਰ ਦੇ ਹਵਾਲੇ ਕਰ ਦੇਣਗੇ ਇਹ ਸੀਗਾ ਵੀ ਗਲਤੀ ਦੇ ਨਾਲ ਹੀ ਜਿਹੜਾ ਉਹ ਬਾਰਡਰ ਜਿਹੜਾ ਕ੍ਰੋਸ ਕਰ ਗਿਆ ਹੈਗਾ ਕਿਉਂਕਿ ਉੱਥੇ ਬਹੁਤਾ ਪਤਾ ਨਹੀਂ ਲੱਗਦਾ ਕਿ ਇਹ ਏਰੀਆ ਜਿਹੜਾ ਇੰਡੀਆ ਦਾ ਜਾਂ ਇਹ ਪਾਕਿਸਤਾਨ ਦਾ ਆ ਕਿਉਂਕਿ ਤਾਰਾਂ ਥੋੜ੍ਹੀਆਂ ਉਰੇ ਹੋਣ ਕਰਕੇ ਜੋ ਇਹ ਦੱਸਦੇ ਆ ਵੀ ਪਿੱਛੇ ਜਿਹੜੀਆਂ ਤਾਰਾਂ ਇਸ ਕਰਕੇ ਪਤਾ ਨਹੀਂ ਲੱਗਦਾ ਬਹੁਤਾ ਇਹ ਵੀ ਪਤਾ ਲੱਗਾ ਕਿ ਇਹ ਜਿਹੜਾ ਬੱਚਾ ਹੈਗਾ ਇਹ ਬੋਲ ਵੀ ਨਹੀਂ ਸਕਦਾ ਨਾ ਸੁਣ ਸਕਦਾ ਹੈਗਾ ਨਹੀਂ ਨਹੀਂ ਉਹ ਬੱਚਾ ਹੋਰ ਆ ਜੀ ਉਹ ਬੱਚਾ ਹੋਰ ਆ ਉਹ ਡੇਰਾ ਬਾਬਾ ਨਾਨਕ ਜਿਹੜਾ ਉਹ ਬਾਰਡਰ ਤੇ ਫੜਿਆ ਗਿਆ ਹੈਗਾ ਉਹ ਉਹਦਾ ਕੋਈ ਪਤਾ ਨਹੀਂ ਲੱਗ ਸਕਾ ਉਹ ਕੋਸ਼ਿਸ਼ ਵੀ ਕੀਤੀ ਇੰਟਰਨੈਸ਼ਨਲ ਰੈੱਡ ਕ੍ਰਾਸ ਤੋਂ ਜਾਂ ਕਿ ਨਾ ਇਹ ਰੋਪੜ ਤੋਂ ਸਾਡੇ ਡਿਪਾਰਟਮੈਂਟ ਦੇ ਹੀ ਆਏ ਸੀਗੇ ਜਿਹੜੇ ਡੈਫ ਐਂਡ ਡੰਬ ਦੇ ਨਾਲ ਡੀਲ ਕਰਦੇ ਆ ਤੇ ਪਰ ਉਹ ਬੱਚੇ ਦਾ ਇਹ ਤਾਂ ਪਤਾ ਨਹੀਂ ਲੱਗ ਸਕਦਾ ਉਹਨੂੰ ਕਿੰਨੀ ਦੇਰ ਹੋ ਗਈ ਜੀ ਇੱਥੇ ਆਏ ਉਹਨੂੰ ਤਾਂ ਕਾਫੀ ਸਮਾਂ ਹੋ ਗਿਆ 5 ਸਾਲ ਤੋਂ ਉੱਤੇ ਹੋ ਗਿਆ ਜ਼ਿਲ੍ਹਾ ਕਪੂਰਥਲਾ ਨੇੜੇ ਇੱਕ ਪਿੰਡ ਦੇ ਨੌਜਵਾਨ ਨੂੰ ਬੀਤੇ ਦਿਨ ਪਹਿਲਾਂ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਹੈਰਾਨੀ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਘਰ ਕੋਲੋਂ ਪਰਿਵਾਰ ਵਾਲਿਆਂ ਨੂੰ ਇੱਕ ਪੱਤਰ ਮਿਲਿਆ ਜਿਸ ਤੇ ਲਿਖਿਆ ਸੀ ਕਿ ਅਸੀਂ ਹਰਜੀਤ ਸਿੰਘ ਨੂੰ ਅਗਵਾ ਕਰ ਰਹੇ ਹਾਂ ਜਿਸ ਨੂੰ 3 ਮਹੀਨੇ ਬਾਅਦ ਛੱਡ ਦਿੱਤਾ ਜਾਵੇਗਾ ਪੱਤਰ ਤੇ ਇਹ ਵੀ ਲਿਖਿਆ ਸੀ ਕਿ ਅਸੀਂ ਹਰਜੀਤ ਸਿੰਘ ਦੇ ਵਿਆਹ ਤੋਂ ਨਾ ਖੁਸ਼ ਹਾਂ ਜੋ ਕਿ 21 ਜਨਵਰੀ ਨੂੰ ਹੋਣਾ ਤੈਅ ਸੀ ਦਰਅਸਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਝੱਲ ਠੀਕਰੀਵਾਲ ਦਾ ਨੌਜਵਾਨ ਹਰਜੀਤ ਸਿੰਘ ਬੀਤੀ ਦਿਨੀ ਲਾਪਤਾ ਹੋ ਜਾਂਦਾ ਹੈ ਸਵੇਰ ਵੇਲੇ ਪਰਿਵਾਰ ਨੂੰ ਜਦੋਂ ਘਟਨਾ ਬਾਰੇ ਪਤਾ ਚੱਲਦਾ ਹੈ ਤਾਂ ਪਰਿਵਾਰ ਵੱਲੋਂ ਇੱਧਰ ਉੱਧਰ ਨੌਜਵਾਨ ਦੀ ਭਾਲ ਕੀਤੀ ਜਾਂਦੀ ਹੈ ਭਾਲ ਦੌਰਾਨ ਉਹਨਾਂ ਹੱਥ ਇੱਕ ਅਜਿਹਾ ਪੱਤਰ ਲੱਗਦਾ ਜਿਸ ਨੂੰ ਪੜ੍ਹ ਕੇ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ ਜਿਸ ਤੇ ਲਿਖਿਆ ਹੈ ਕਿ ਅਸੀਂ ਹਰਜੀਤ ਸਿੰਘ ਨੂੰ ਅਗਵਾ ਕਰ ਰਹੇ ਹਾਂ ਤੇ ਹਰਜੀਤ ਸਿੰਘ ਨੂੰ 3 ਮਹੀਨੇ ਬਾਅਦ ਛੱਡ ਦਿੱਤਾ ਜਾਵੇਗਾ ਪੱਤਰ ਤੇ ਇਹ ਵੀ ਲਿਖਿਆ ਕਿ ਅਸੀਂ ਹਰਜੀਤ ਸਿੰਘ ਦੇ ਵਿਆਹ ਤੋਂ ਨਾ ਖੁਸ਼ ਹਾਂ ਜੋ ਕਿ 21 ਜਨਵਰੀ ਨੂੰ ਹੋਣਾ ਤੈਅ ਹੈ ਹੋਰ ਕੀ ਲਿਖਿਆ ਹੈ ਇਸ ਪੱਤਰ ਦੇ ਵਿੱਚ ਤੁਸੀਂ ਖੁਦ ਹੀ ਪੜ੍ਹ ਲਵੋ ਸਰ ਕੀ ਨਾਮ ਤੁਹਾਡਾ ਲਕਸ਼ਮਣ ਸਿੰਘ ਸਰਪੰਚ ਠੀਕ ਇਹ ਘਟਨਾ ਦੀ ਸੂਚਨਾ ਤੁਹਾਨੂੰ ਕਿਵੇਂ ਮਿਲਦੀ ਹੈ ਇਹ ਸਵੇਰੇ ਫੋਨ ਕੀਤਾ ਸੀ ਸਾਨੂੰ ਇਹਨਾਂ ਨੇ ਜੀ 6 ਵਜੇ ਦੇ ਲਗਭਗ ਸੀ 6:30 ਦੇ ਲਗਭਗ ਫੋਨ ਕੀਤਾ ਸੀ ਵੀ ਇੱਦਾਂ ਕਰਕੇ ਸਾਡਾ ਬੇਟਾ ਵਾ ਵੀ ਮਿਲ ਨਹੀਂ ਰਿਹਾ ਵੀ ਸਵੇਰ ਦੇਖ ਲਵਣ ਡਿਆ ਫਿਰ ਅਸੀਂ ਮੌਕੇ ਦੇ ਉੱਤੇ ਪਹੁੰਚੇ ਇੱਥੇ ਆ ਕੇ ਪੁਲਿਸ ਨੂੰ ਰਿਪੋਰਟ ਕੀਤੀ ਇਹਨਾਂ ਦੇਖਿਆ ਵੀ ਇਹਨਾਂ ਦੇ ਬਾਹਰ ਇੱਕ ਗੇਟ ਦੇ ਇੱਟਾਂ ਦਾ ਚੱਕਾ ਲੱਗਾ ਸੀ ਉਹਦੇ ਵਿੱਚ ਇੱਕ ਨੋਟਿਸ ਲਿਖ ਕੇ ਰੱਖਿਆ ਹੋਇਆ ਸੀ ਕੀ ਲਿਖਿਆ ਨੋਟਿਸ ਦੇ ਨੋਟਿਸ ਲਿਖਿਆ ਸੀ ਵੀ ਅਸੀਂ ਇਹ ਜਿਹੜਾ ਵਿਆਹ ਤੁਸ਼ ਤੁਸ਼ਟ ਨਹੀਂ ਕਿੱਦਾਂ ਵੀ ਕੁਛ ਸੀ ਅਸੀਂ ਉਹ ਪੁਲਿਸ ਵਾਲਿਆਂ ਨੂੰ ਵੀ ਦਿੱਤਾ ਵਾ ਉਹ ਹੱਥ ਲਿਖਤ ਲੁਟੈਪ ਕੀਤਾ ਜੀ ਪ੍ਰੈਸ ਨੋਟ ਹੱਥ ਹੱਥ ਤੁਸੀਂ ਉਹ ਕਿਸੇ ਜਿਹੜੀ ਲਿਖਾਈ ਉਹ ਪਛਾਣਦੇ ਕਿਸੇ ਦੀ ਨਹੀਂ ਲਿਖਾਈ ਨਹੀਂ ਪਛਾਣੀ ਗਈ ਜੇ ਤੱਕ ਕਿਸੇ ਦੀ ਵੀ ਕੋਈ ਬਾਹਰਲੇ ਬੰਦੇ ਸੀ ਜਿਹਦਾ ਲਿਖਾਈ ਹੋਊਗੀ ਅਸੀਂ ਜਦੋਂ ਆ ਕੇ ਵੇਖਿਆ ਗੱਡੀ ਦੇ ਟਾਇਰ ਲੱਗੇ ਸੀ ਇੱਕ ਸਾਈਡ ਤੋਂ ਉੱਚੀ ਸੀ ਪੱਕਾ ਸੀ ਇੱਕ ਉਹਨੇ ਕੱਚੇ ਬਣੇ ਟਾਇਰ ਲੱਗੇ ਸੀਗੇ ਤੁਸੀਂ ਕੀ ਮਹਿਸੂਸ ਕਰਦੇ ਆ ਵੀ ਸਾਨੂੰ ਇਹ ਕੁਛ ਨਹੀਂ ਇਸ ਬਾਰੇ ਕਹਿ ਸਕਦੇ ਵੀ ਕੀ ਮਤਲਬ ਕਿ ਲਗਿਆ ਕੋਈ ਗਵਾਹ ਕਰ ਵਿਰੋਧੀ ਆ ਨਾ ਕੋਈ ਲਾਗਟ ਆਟ ਵਗੈਰਾ ਕੋਈ ਇੱਦਾਂ ਦੀ ਜੋ ਮਤਲਬ ਕਿ ਅਸੀਂ ਦੇਖਿਆ ਸੀ ਉਹ ਤਾਂ ਸੰਭਾਲੀ ਵੇਖ ਤਾਂ ਕਦੇ ਦੇਖਿਆ ਨਹੀਂ ਇਹਨਾਂ ਨੂੰ
ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਨਾ, ਨਾ ਕੋਈ ਵੱਟ ਬਣੇ ਦਾ ਰੌਲਾ ਹੀ ਸੀਗਾ, ਬਿਲਕੁਲ ਠੀਕ ਠਾਕ ਸੀ, ਸਹੀ ਸਲਾਮਤ ਸੀਗੇ। ਨਾ ਇਹ ਮੁੰਡਾ ਇੰਨਾ ਲਾਇਕ ਸੀਗਾ, ਕਿਸੇ ਨਾਲ ਵੱਧ ਘੱਟ ਵੀ ਨਹੀਂ ਹਜੇ ਤੱਕ ਨਹੀਂ ਕੀਤਾ। ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ? ਪੁਲਿਸ ਨੇ ਇਹਨਾਂ ਦੀਆਂ ਕਾਲ ਡਿਟੇਲਾਂ ਕਢਾਈਆਂ ਵਾ, ਜਿਹਦੇ ਵਿੱਚ ਅੱਜ ਤੱਕ ਪੁਲਿਸ ਦੇ ਹੱਥ ਵੀ ਵਿਚਾਰੇ ਦੇ ਕੁਛ ਨਹੀਂ ਗਾ ਲੱਗ ਸਕੇ। ਪੁਲਿਸ ਨੇ ਬਹੁਤ ਕੋਸ਼ਿਸ਼ ਕਰ ਰਹੀ ਹੈ ਆਪਣੇ ਵੱਲੋਂ, ਜਿਸ ਤੱਕ ਵੀ ਉਹਨਾਂ ਦੀ ਹੋ ਸਕਦੀ ਦੌੜ ਲਾਉਣ ਡੇ। ਹਾਂਜੀ ਸਰ, ਕੀ ਨਾਮ ਤੁਹਾਡਾ? ਮੇਰਾ ਨਾਮ ਦਰਸ਼ਨ ਸਿੰਘ ਹੈ ਜੀ। ਇਹਦਾ ਬੇਟਾ ਲਾਪਤਾ ਹੋਇਆ, ਤੁਹਾਡੇ ਕੀ ਲੱਗਦੇ ਸੀ? ਮੇਰਾ ਲੜਕਾ ਸੀ ਹਰਜੀਤ ਸਿੰਘ ਰਾਣਾ। ਕਿੰਨੀ ਉਮਰ ਉਹਨਾਂ ਦੀ? ਉਮਰ 25-26 ਸਾਲ ਸੀ। ਅਤੇ ਇਹ ਵਾਕਿਆ ਕਿਵੇਂ ਹੋਇਆ ਹੈ? ਵਾਕਿਆ ਇੱਦਾਂ ਹੋਇਆ ਜੀ, 4-5 ਤਰੀਕ ਰਾਤ ਨੂੰ ਅਸੀਂ ਸ਼ਾਮੀ ਰੋਟੀ ਪਾਣੀ ਖਾਧਾ ਵਾ 7 ਵਜੇ, ਰੋਟੀ ਪਾਣੀ ਖਾ ਕੇ ਤਾਂ ਮੁੜ ਕੇ ਲੰਮੇ ਪੈ ਗਏ ਹਾਂ। ਅਤੇ ਉਸ ਤੋਂ ਬਾਅਦ ਰਾਤ ਨੂੰ ਪਤਾ ਨਹੀਂ ਕਿ ਬਾਥਰੂਮ ਉੱਠਿਆ ਜਾਂ ਲੈਟਰਿਨ ਗਿਆ ਵਾ, ਵੀ ਕਿੰਨੇ ਵਜੇ ਗਿਆ ਵਾ। ਅਤੇ ਇਹ ਸਵੇਰੇ ਅਸੀਂ ਵੇਖਿਆ 6 ਵਜੇ, ਅਤੇ ਬੈੱਡ 'ਤੇ ਆਪਣੇ ਹੈ ਨਹੀਂ ਸੀ। ਜਦੋਂ ਅਸੀਂ ਆਪਣੇ ਨੂੰਹ ਨੂੰ ਕਿਹਾ ਵੀ ਬਾਹਰ ਵੇਖ ਰਾਣੇ ਉਠਾ ਲਿਓ, ਅਤੇ ਰਾਣਾ ਬੈੱਡ 'ਤੇ ਹੈ ਨਹੀਂ ਸੀ, ਕਹਿੰਦੀ ਡੈਡੀ ਬਾਹਰ ਨੂੰ ਗਿਆ। ਜਦੋਂ ਬਾਹਰ ਮੈਂ ਕਿਹਾ ਬਾਹਰੋਂ ਤਾਂ ਮੈਂ ਹਾਂ, ਅਤੇ ਸਾਨੂੰ ਭੱਜਣ ਉੱਠ ਪੈ ਗਈ ਆ, ਟਾਈਮ ਧਾਰਦਾ ਹੋ ਚੱਲਾ ਸੀ, ਡੰਗਰ ਡੁੰਗਰ ਕੱਢਦਾ ਸੀ, ਅਤੇ ਸਾਨੂੰ ਭਾਲ ਪਈ ਆ, ਅਤੇ ਅਸੀਂ ਘੰਟਾ ਭਰ ਖੇਤਾਂ ਵਿੱਚ ਘੁੰਮਦੇ ਰਹੇ ਹਾਂ, ਸਾਨੂੰ ਕਿਤੇ ਨਹੀਂ ਮਿਲਿਆ। ਅਤੇ ਉਸ ਤੋਂ ਬਾਅਦ ਜਦੋਂ ਲੋਹ ਲੱਗੀ ਆ, ਅਤੇ ਇੱਥੇ ਇੱਕ ਸਾਡੇ ਗੇਟ ਦੇ ਮੂਹਰੇ ਇੱਟਾਂ ਚੱਕਾ ਸੀ, ਉਹ 'ਚੋਂ ਇੱਕ ਲੈਟਰ ਮਿਲਿਆ ਪੱਤਰ, ਅਤੇ ਉਹਦੇ 'ਤੇ ਲਿਖਿਆ ਸੀ ਵੀ ਅਸੀਂ ਇਹਦੇ ਵਿਆਹ ਤੋਂ ਖੁਸ਼ ਨਹੀਂ ਗਏ। ਅਤੇ ਇਹ ਸੀ ਵੀ ਅਸੀਂ ਇਹਨੂੰ ਅਪੀਲ ਕਰਦੇ ਹਾਂ, ਜੇ ਕਿਤੇ ਸੁਣਦਾ ਹੋਵੇ ਅਤੇ ਜੇ ਵਿਆਹ ਦਾ ਕੋਈ ਚੱਕਰ ਆ ਤਾਂ ਵੀ ਘਰ ਨੂੰ ਆ ਜਾਏ, ਅਤੇ ਸਾਡਾ ਸਾਰਾ ਪਰਿਵਾਰ ਬੜੇ। ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕਿਵੇਂ ਹੋ ਸਕਦਾ ਹੈ? ਅਸੀਂ ਅਗਵਾਹ ਹੋ ਸਕਦਾ ਕਿ ਹਾਂਜੀ ਗਵਾਹ ਅਸੀਂ ਇੱਦਾਂ ਕਹਿੰਦੇ ਹਾਂ ਵੀ ਗਵਾਹ ਹੋ ਸਕਦਾ ਵੀ ਜਦੋਂ ਅਸੀਂ ਸਵੇਰੇ ਵੇਖਿਆ ਤਾਂ ਉੱਥੇ ਗੱਡੀ ਦੇ ਟਾਇਰ ਲੱਗੇ ਸੜਕ ਤੋਂ ਉੱਤਰ ਕੇ। ਇਸ 'ਚ ਅਸੀਂ ਇਹ ਕਹਿੰਦੇ ਵੀ ਜਦੋਂ ਲੈਟਰਿਨ ਜਾ ਗਿਆ ਜਾਂ ਬਾਥਰੂਮ ਬਾਹਰ, ਇਹਦਾ ਆਦਤ ਸੀ ਬਾਹਰ ਜਾਂਦਾ, ਇਹ ਲੈਟਰਿਨ 'ਚ ਨਹੀਂ ਜਾਂਦਾ, ਬਾਥਰੂਮ ਵੀ ਆਉਂਦੇ ਬਾਹਰ ਜਾਣਾ ਗੇਟ ਖੋਲ੍ਹ ਕੇ। ਅਸੀਂ ਇਹ ਕਹਿੰਦੇ ਜਦੋਂ ਇਹ ਗੇਟੋਂ ਬਾਹਰ ਗਿਆ ਵਾ ਅਤੇ ਉੱਥੋਂ ਕਿਸੇ ਦੇ ਕਾਬੂ ਆ ਗਿਆ, ਅਗਵਾਹ ਕੀਤਾ ਗਿਆ, ਸਾਨੂੰ ਇਹ ਇੱਥੋਂ ਇਹ ਹੁੰਦਾ ਵਾ। ਅਸੀਂ ਤਾਂ ਕਹਿੰਦੇ ਹਾਂ ਵੀ ਜਿੱਥੋਂ ਵੀ ਹੈਗਾ ਗਵਾਹ ਹੋ ਗਿਆ ਜਾਂ ਕੁਛ ਵੀ ਆਪ ਚੱਲ ਗਿਆ ਅਤੇ ਛੇਤੀ ਤੋਂ ਛੇਤੀ ਘਰ ਆ ਜਾਏ। ਤੁਹਾਨੂੰ ਕੋਈ ਕਿਸੇ ਵਿਅਕਤੀ ਵੱਲੋਂ ਫੋਨ ਆਉਂਦਾ, ਕੋਈ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ? ਨਹੀਂ ਜੀ, ਸਾਨੂੰ ਅੱਜ ਤਾਈਂ ਕਿਸੇ ਨੇ ਫੋਨ ਨਹੀਂ ਕੀਤਾ। ਜੇ ਫੋਨ ਆ ਜਾਵੇ ਫਿਰ ਤਾਂ ਜੇ ਪਤਾ ਲੱਗ ਜਾਂਦਾ ਵੀ ਕੋਈ ਨਾ ਕੋਈ ਖੋਜ ਨਿਕਲਦੀ ਆ। ਜਿਵੇਂ ਕੋਈ ਇਹਨੇ ਫਰੌਤੀ ਦੀ ਭਾਵਨਾ ਨਾਲ ਕਹਿੰਦੇ ਕੋਈ ਫੋਨ ਵਗੈਰਾ ਕੀਤਾ ਹੋਵੇ? ਨਾ ਜੀ ਨਾ, ਕੋਈ ਗੱਲਬਾਤ ਹੀ ਨਹੀਂ ਜੀ। ਅਤੇ ਪੁਲਿਸ ਕੀ ਕਾਰਵਾਈ ਕਰ ਰਹੀ ਆ? ਪੁਲਿਸ ਜੀ ਆਪਣਾ ਡਿਟੇਲਾਂ ਕਢਾਈਆਂ ਸੀ ਅਤੇ ਉਹ 'ਤੇ ਕੋਈ ਅਜੇ ਸਾਨੂੰ ਨਹੀਂ ਪਤਾ ਨਹੀਂ ਕਹਿੰਦੇ ਲੱਗਦਾ। ਆ ਕੱਲ੍ਹ ਡਿੰਪ ਜਿਹਾ ਵੀ ਲਾਇਆ ਸੀ, ਉਹਦੀ ਵੀ ਰਿਪੋਰਟ ਨਹੀਂ ਅਜੇ ਆਈ, ਕੋਈ ਸਮਝ ਨਹੀਂ ਆਉਂਦੀ ਵੀ ਕੀ ਬਣਿਆ। ਜਿਹੜਾ ਸਾਡੇ ਤੋਂ ਬਗੈਰ ਇੱਕ ਘੰਟਾ ਨਹੀਂ ਸੀ ਰਹਿੰਦਾ। ਜਿਹੜਾ ਬੇਟੇ ਕੋਲ ਮੋਬਾਈਲ ਸੀਗਾ ਉਹ ਕਿਵੇਂ ਚੱਲ ਰਿਹਾ ਜੀ? ਨਹੀਂ ਉਹ ਬਣਦਾ। ਕਿੰਨਾ ਨੰਬਰ ਮੋਬਾਈਲ ਦਾ? ਮੈਨੂੰ ਇੱਦਾਂ ਨਹੀਂ ਪਤਾ, ਨੰਬਰ ਮੋਬਾਈਲ 'ਚ ਲਿਖਿਆ ਹੁੰਦਾ ਜੀ। ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ? ਕੀ ਮੰਗ ਕਰਦੇ? ਅਸੀਂ ਇਹ ਕਹਿੰਦੇ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਸਾਡਾ ਇਹ ਬੇਟਾ ਲਵਾਇਆ ਜਾਵੇ ਅਤੇ ਸਾਨੂੰ ਹਵਾਲੇ ਕੀਤਾ ਜਾਵੇ, ਜਿੱਦਾਂ ਵੀ ਇਹ ਗਿਆ ਜਾਂ ਕਿਤੇ ਗਵਾਹ ਕਰ ਲਿਆ ਜਾਂ ਕਿੱਦਾਂ ਵੀ ਚਲੇ ਗਿਆ, ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਜੀ। ਇਸ ਘਟਨਾ ਨੂੰ ਲੈ ਕੇ ਜਿੱਥੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ, ਉੱਥੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਸ ਮਾਮਲੇ ਦੀ ਸੱਚਾਈ ਹੁਣ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਸਰ, ਕੀ ਨਾਮ ਤੁਹਾਡਾ? ਹਰਦੀਪ ਸਿੰਘ ਜੀ। ਜਿਹੜੇ ਨੌਜਵਾਨ ਲਾਪਤਾ ਹੋਏ ਤੁਹਾਡੇ ਕੀ ਲੱਗਦੇ ਸੀ? ਮੇਰੇ ਬ੍ਰਦਰ ਆ ਜੀ ਛੋਟੇ। ਇਹ ਕਿਵੇਂ ਵਾਕਿਆ ਕਿਵੇਂ ਹੋਇਆ ਹੈ? ਇਹ ਜੀ 4 ਤਰੀਕ ਅਸੀਂ ਯਾਨੀ ਕਿ 4 ਅਤੇ 5 ਦੀ ਰਾਤ ਨੂੰ ਤਾਂ ਅਸੀਂ ਪਤਾ ਜਦੋਂ ਸਵੇਰੇ ਉੱਠੇ ਹਾਂ ਜੀ, ਉਦੋਂ ਇਹ ਮੁੰਡਾ ਇੱਥੇ ਹੈ ਨਹੀਂ ਗਾ ਜੀ। ਅਤੇ ਉਸ ਤੋਂ ਬਾਅਦ ਜਦੋਂ ਪੱਠੇ ਪਾਉਣ ਲਈ ਜਾਂਦਾ ਹੁੰਦਾ ਹੈਗਾ ਅਤੇ ਉਦੋਂ ਅਸੀਂ ਦੇਖਿਆ ਇਹਨੂੰ, ਅਤੇ ਸਾਨੂੰ ਕਿਤੇ ਨਹੀਂ ਦਿਖਾਇਆ ਉਹ। ਉਸ ਤੋਂ ਬਾਅਦ ਅਸੀਂ ਗੇਟ ਖੋਲ੍ਹ ਕੇ ਬਾਹਰ ਦੇਖਿਆ ਜੀ, ਉੱਥੇ ਸਾਨੂੰ ਇੱਕ ਪੱਤਰ ਮਿਲਿਆ ਅਤੇ ਉੱਤੇ ਇੱਦਾਂ ਲਿਖਿਆ ਹੋਇਆ ਸੀਗਾ ਵੀ ਇਹਨੂੰ 40 ਦਿਨ ਬਾਅਦ ਜੀ ਗੱਲ ਕਰਾਈ ਜਾਊ ਤੁਹਾਡੇ ਨਾਲ, ਅਤੇ ਜਿਹੜਾ ਇਹਦਾ ਵਿਆਹ 21 ਤਰੀਕ ਨੂੰ ਆ, ਅਤੇ ਉਸ ਤੋਂ ਅਸੀਂ ਰਾਜੀ ਨਹੀਂ ਹੈਗੇ ਜੀ। ਕਿੱਥੇ ਕਿੱਥੇ ਪੜਤਾਲ ਕੀਤੀ ਹੁਣ ਤਾਂ ਤੁਸੀਂ? ਅਸੀਂ ਤਕਰੀਬਨ ਜੀ ਸਾਰੇ ਦੇਖ ਚੁੱਕੇ ਹਾਂ, ਅਤੇ ਸਾਨੂੰ ਕਿਤੇ ਨਹੀਂ ਮਿਲਿਆ ਜੀ ਮੁੰਡਾ। ਰਿਸ਼ਤੇਦਾਰਾਂ ਦੇ ਧਾਰਮਿਕ ਸਥਾਨਾਂ ਦੇ? ਹਾਂਜੀ ਸਾਰੇ ਜੀ, ਅਸੀਂ ਤਾਂ 50,000 ਨਾਮ ਵੀ ਉਹਦਾ ਰੱਖਿਆ ਜਿਹੜਾ ਸਾਨੂੰ ਇਹ ਬੰਦੇ ਕੋਈ ਸੂਹ ਦੇਵੇ। ਅੱਛਾ ਜੀ। ਹਾਂਜੀ, ਜੇ ਉਹ ਜੇ ਹਰਜੀਤ ਸਿੰਘ ਖੁਦ ਇਹ ਤੁਹਾਡੀ ਆਵਾਜ਼ ਸੁਣਦੇ ਤਾਂ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹਾਂ? ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਿੱਦਾਂ ਗਿਆ ਉੱਦਾਂ ਘਰ ਆ ਜਾਵੇ, ਅਤੇ ਉਸਨੂੰ ਕੁਛ ਵੀ ਨਹੀਂ ਕਿਹਾ ਜਾਊਗਾ, ਜੇ ਵਿਆਹ ਤੋਂ ਗਿਆ ਵਿਆਹ ਉਹਦੀ ਮਰਜ਼ੀ ਦਾ, ਜਿੱਥੇ ਮਰਜ਼ੀ ਕਰਾਵੇ।
ਦੱਸਿਆ ਜਾ ਰਿਹਾ ਹੈ ਕਿ ਜਿੱਥੇ ਦੋਵੇਂ ਪਰਿਵਾਰਾਂ ਵੱਲੋਂ ਖੁਸ਼ੀ ਖੁਸ਼ੀ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ, ਹੁਣ ਦੋਵੇਂ ਪਰਿਵਾਰ ਗਹਿਰੇ ਸਦਮੇ ਵਿੱਚ ਨੇ। ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸਨੀ ਦਿਓਲ ਨੇ ਹਾਲ ਹੀ ਵਿੱਚ ਫੇਸਬੁੱਕ 'ਤੇ ਇੱਕ ਪੋਸਟ ਪਾ ਕੇ ਪਠਾਨਕੋਟ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦੱਸ ਦਈਏ ਕਿ ਇਸ ਮੌਕੇ 'ਤੇ ਸਨੀ ਦਿਓਲ ਨੇ ਲੋਕਾਂ ਨਾਲ ਪਠਾਨਕੋਟ ਵਿੱਚ ਨੈਰੋਗੇਜ ਐਲੀਵੇਟਡ ਟਰੈਕ ਦੇ ਪ੍ਰੋਜੈਕਟ ਨੂੰ ਹਰੀ ਝੰਡੀ ਮਿਲਣ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਮੌਕੇ 'ਤੇ ਉਹਨਾਂ ਨੇ ਵਿਰੋਧੀਆਂ ਨੂੰ ਵੀ ਆੜੇ ਹੱਥੀ ਲਿਆ। ਦੱਸ ਦਈਏ ਕਿ ਇਸ ਪੋਸਟ ਤੋਂ ਪਹਿਲਾਂ ਵੀ ਸਨੀ ਦਿਓਲ ਨੇ ਇੱਕ ਪੋਸਟ ਪਾ ਕੇ ਲਿਖਿਆ ਸੀ ਕਿ ਮੈਂ ਤੁਹਾਡੇ ਨਾਲ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਬਹੁਤ ਖੁਸ਼ ਹਾਂ ਕਿ ਸਵਰਗੀ ਵਿਨੋਦ ਖੰਨਾ ਜੀ ਦੁਆਰਾ ਨੈਰੋਗੇਜ ਐਲੀਵੇਟਡ ਟਰੈਕ ਦਾ ਦੇਖਿਆ ਸੁਪਨਾ ਸਾਕਾਰ ਹੋ ਰਿਹਾ ਹੈ। ਮੈਂ ਰੇਲਵੇ ਮੰਤਰਾਲੇ ਨੂੰ ਨੈਰੋਗੇਜ ਐਲੀਵੇਟਡ ਟਰੈਕ ਬਾਰੇ ਬੇਨਤੀ ਕੀਤੀ ਸੀ, ਇਹ ਅੱਜ ਪੂਰਾ ਹੋਣ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਬਰਾਬਰ ਹਿੱਸੇਦਾਰੀ ਨਾਲ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਲੋਹੜੀ ਦਾ ਦਿਨ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾ। ਇੰਨਾ ਅੱਛਾ ਦਿਨ ਹੈ ਅਤੇ ਮੈਂ ਚਾਹੁੰਦਾ ਕਿ ਮੈਂ ਆਪਣੀ ਗੱਲ ਤੁਹਾਨੂੰ ਦੱਸਾਂ। ਪਠਾਨਕੋਟ ਦੇ ਵਿੱਚ ਨੈਰੋਗੇਜ ਦੀ ਵਜ੍ਹਾ ਨਾਲ ਟ੍ਰੈਫਿਕ ਜਾਮ ਹੁੰਦੀ ਸੀ, ਜਿਹਦੇ ਨਾਲ ਲੋਕਾਂ ਦੇ ਕੰਮ ਰੁਕ ਜਾਂਦੇ ਸੀਗੇ, ਡਿਲੇ ਹੋ ਜਾਂਦੇ ਸੀਗੇ, ਅਤੇ ਇਸ ਜਾਮ ਦਾ ਮੈਂ ਵੀ ਇੱਕ ਸ਼ਿਕਾਰ ਰਿਹਾ ਇਲੈਕਸ਼ਨ ਵੇਲੇ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਗਵਰਨਮੈਂਟ ਨੇ ਪੈਸੇ ਸੈਂਕਸ਼ਨ ਕਰ ਦਿੱਤੇ ਹੈ, ਪੰਜਾਬ ਗਵਰਨਮੈਂਟ ਨੇ ਵੀ ਸੈਂਕਸ਼ਨ ਕਰ ਦਿੱਤੇ ਹੈ। ਹੁਣ ਇਹ ਮੁਸੀਬਤ ਜਿਹੜੀ ਸੀਗੀ ਪਠਾਨਕੋਟ ਦੀ ਦੂਰ ਹੋ ਗਈ। ਆਪਾਂ ਹੁਣ ਨੈਰੋਗੇਜ ਨੂੰ ਐਲੀਵੇਟ ਕਰ ਦੇਣਾ ਤਾਂ ਕਿ ਟ੍ਰੈਫਿਕ ਥੱਲੇ ਦੀ ਜਾਊਗੀ। ਵਿਨੋਦ ਖੰਨਾ ਜੀ ਦਾ ਇਹ ਸੁਪਨਾ ਸੀ ਜਿਹੜਾ ਮੈਂ ਅੱਗੇ ਲੈ ਕੇ ਗਿਆ, ਅਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਉਹਨਾਂ ਦਾ ਸੁਪਨਾ ਪੂਰਾ। ਮੈਨੂੰ ਗੱਲਾਂ ਤੋਂ ਪਤਾ ਚੱਲਿਆ ਕਿ ਮੇਰੇ ਜਿਹੜੇ ਵਿਰੋਧੀ ਹੈ ਉਹ ਮੇਰੇ ਬਾਰੇ ਕੁਛ ਊਟ ਪਟਾਂ ਗੱਲਾਂ ਕਰ ਰਹੇ ਹਨ। ਉਹਨਾਂ ਨੂੰ ਕਹਾਂਗਾ ਕਿ ਦੇਖੋ, ਇਹ ਮੇਰਾ ਕੰਮ ਨਹੀਂ ਨਾ ਤੁਹਾਡਾ ਕੰਮ ਹੈ, ਇਹ ਕੰਮ ਜਨਤਾ ਦਾ ਆਪਾਂ ਕੀਤਾ ਹੈ, ਜਨਤਾ ਲਈ ਕੀਤਾ, ਆਪਾਂ ਸਾਰੇ ਜਨਤਾ ਲਈ ਕੰਮ ਕਰ ਰਹੇ ਹਾਂ, ਤਾਂ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ। ਬਸ ਮੈਂ ਉਹਨਾਂ ਨੂੰ ਵੀ ਇਹੀ ਕਹੂੰਗਾ ਕਿ ਤੁਸੀਂ ਵੀ ਇੱਦਾਂ ਦੇ ਕੰਮ ਕਰਦੇ ਰਹੋ, ਮੈਂ ਤੁਹਾਡੇ ਨਾਲ ਜੁੜਾਂਗਾ, ਤਾਂ ਕਿ ਜਨਤਾ, ਆਪਾਂ ਜਨਤਾ ਦੇ ਬੰਦੇ ਹਾਂ। ਅਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਜਿਸ ਤਰ੍ਹਾਂ ਮੈਂ ਜਿਹੜਾ ਭਰੋਸਾ ਤੁਸੀਂ ਮੈਨੂੰ ਦਿੱਤਾ ਹੈ, ਜਿਹੜੇ ਭਰੋਸੇ ਦੀ ਤਾਕਤ ਨਾਲ ਮੈਂ ਇੱਦਾਂ ਦੀਆਂ ਚੀਜ਼ਾਂ ਕਰ ਪਾ ਰਿਹਾ, ਅਤੇ ਹੋਰ ਵੀ ਇੱਦਾਂ ਦੀਆਂ ਤਾਂ ਨਹੀਂ, ਲੇਕਿਨ ਛੋਟੀਆਂ ਛੋਟੀਆਂ ਢੇਰ ਸਾਰੀਆਂ ਚੀਜ਼ਾਂ ਕੀਤੀਆਂ ਅਤੇ ਕਰਦਾ ਰਹਾਂਗਾ, ਅਤੇ ਅੱਗੇ ਵੀ ਜਾ ਕੇ ਮੈਂ ਕੁਛ ਬੜੇ ਬੜੇ ਪ੍ਰੋਜੈਕਟਸ ਲੈ ਕੇ ਆਵਾਂਗਾ, ਕਿਉਂਕਿ ਤੁਹਾਡਾ ਭਰੋਸਾ ਮੇਰੀ ਤਾਕਤ ਹੈ ਅਤੇ ਮੈਂ ਤੁਹਾਡੇ ਨਾਲ ਜੁੜ ਗਿਆ ਹਾਂ। ਫਿਰ ਤੋਂ ਕਹਿਣਾ ਚਾਹੁੰਦਾ ਕਿ ਲੋਹੜੀ ਦਾ ਦਿਨ ਹੈ, ਬਹੁਤ ਅੱਛਾ ਦਿਨ ਹੈ, ਅਤੇ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀ। ਹਾਲ ਹੀ ਵਿੱਚ ਹਰਸਿਮਰਤ ਕੌਰ ਬਾਦਲ ਬਠਿੰਡਾ ਵਿਖੇ ਪਹੁੰਚੇ, ਜਿੱਥੇ ਕਿ ਉਹ ਫੂਡ ਐਂਡ ਪ੍ਰੋਸੈਸਿੰਗ ਟੈਕਨੋਲੋਜੀ ਦੇ ਸਮਾਰੋਹ ਵਿੱਚ ਸ਼ਾਮਿਲ ਹੋਏ। ਦੱਸ ਦਈਏ ਕਿ ਇੰਡੀਅਨ ਇੰਸਟੀਟਿਊਟ ਆਫ ਫੂਡ ਪ੍ਰੋਸੈਸਿੰਗ ਟੈਕਨੋਲੋਜੀ ਵੱਲੋਂ ਦੇਸ਼ ਦੀਆਂ 8 ਮੰਨੀਆਂ ਪਰਮੰਨੀਆਂ ਸੰਸਥਾਵਾਂ ਨਾਲ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਗਏ ਨੇ, ਜਿਨ੍ਹਾਂ ਅਧੀਨ ਖੋਜ, ਹੁਨਰ ਵਿਕਾਸ, ਸਲਾਹ ਮਸ਼ਵਰੇ, ਸੰਸਥਾਗਤ ਵਿਕਾਸ, ਜਾਣਕਾਰੀ ਦੇ ਪ੍ਰਸਾਰ ਪਸਾਰ ਅਤੇ ਵਿਦਿਆਰਥੀਆਂ ਨੂੰ ਕਾਰਖਾਨਿਆਂ ਵਿੱਚ ਸਿਖਲਾਈ ਦੇ ਬਹੁਪੱਖੀ ਪ੍ਰੋਗਰਾਮ ਚਲਾਏ ਜਾਣੇ ਨੇ। ਇਸ ਮੌਕੇ 'ਤੇ ਹਰਸਿਮਰਤ ਬਾਦਲ ਨੇ ਅਗਾਂਹ ਵਧੂ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਤੇ ਕਿੰਨਾ ਸਮਾਂ ਹੋ ਗਿਆ, ਹੀ ਇਜ਼ ਆਊਟ ਆਫ ਅਕਾਲੀ ਦਲ, ਸੋ ਵਾਜ਼ ਹੀ ਆਲਸੋ ਅ ਸਾਈਕੋ ਫੈਨ ਵੈਨ ਹੀ ਵਾਜ਼ ਓਵਰ ਹੇਅਰ, ਦੈਟਸ ਆਲ ਆਇਆ, ਬਟ ਆਈ ਵੁੱਡ ਨੋਟ ਲਾਈਕ ਟੂ ਸੇ ਐਨੀਥਿੰਗ, ਆਈ ਹੈਵ ਫੁੱਲ ਰਿਸਪੈਕਟ ਫੋਰ ਹਿਮ, ਆਈ ਫੀਲ ਵੈਰੀ ਸੈਡ ਦੈਟ ਜਿਸ ਪਾਰਟੀ 'ਚ ਉਹਨਾਂ ਦਾ ਫਿਊਚਰ ਬਹੁਤ ਬ੍ਰਾਈਟ ਸੀਗਾ, ਅੱਜ ਪਰਿਵਾਰਕ ਦਬਾਵ ਦੇ ਕਾਰਨ ਉਹਨਾਂ ਨੂੰ ਆਪਣਾ ਫਿਊਚਰ ਖਰਾਬ ਕਰਨਾ ਪਿਆ। ਮੈਂ ਤਾਂ ਹੀ ਆਸ ਕਰਦੀ ਹਾਂ ਕਿ ਕੋਈ ਮਾਂ ਪਿਓ ਜਿਹੜਾ ਆਪਣੇ ਬੱਚਿਆਂ ਵਾਸਤੇ ਸਭ ਕੁਛ ਕੁਰਬਾਨ ਕਰਦੇ ਨੇ, ਅੱਜ ਦੁੱਖ ਦੀ ਗੱਲ ਹੈ ਕਿ ਜਿਹੜੇ ਮਾਪਿਆਂ ਨੇ ਆਪ ਤਾਂ ਸਾਰੇ ਲਾਹਾ ਲਿੱਤੇ, ਲੇਕਿਨ ਜਦ ਬੱਚਿਆਂ ਦਾ ਨੰਬਰ ਆਉਂਦਾ ਹੈ ਤਰੱਕੀ ਕਰਨ ਦਾ, ਅੱਗੇ ਵਧਣ ਦਾ, ਅਤੇ ਉਹਨਾਂ ਤੋਂ ਦਬਾਅ ਪਾ ਕੇ ਆਪਦੇ ਸਿਆਸੀ ਖੇਡ ਖੇਡਦੇ ਨੇ, ਤਾਂ ਦੁੱਖ ਦੀ ਗੱਲ ਹੈ। ਆਈ ਹੈਵ ਨੋ ਕਮੈਂਟਸ ਟੂ ਮੇਕ। ਥੈਂਕ ਯੂ। ਇਸ ਅਦਾਰੇ ਦੀ ਜੇ ਗੱਲ ਕਰੀਏ ਤਾਂ ਕੰਪੈਰੀਟਿਵਲੀ ਜਿਵੇਂ ਇੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਆ ਜ਼ਿਲ੍ਹਾ ਪੱਧਰ 'ਤੇ, ਅਤੇ ਫੀਸਸ ਜਿਵੇਂ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਨਾਮ ਮਾਤਰ ਨੇ, ਇੱਥੇ ਫੀਸਸ ਬਹੁਤ ਜ਼ਿਆਦਾ ਨੇ, ਅਤੇ ਜੇ ਅਸੀਂ ਇੱਥੋਂ ਦੀ ਮਤਲਬ ਇੰਪੋਰਟੈਂਸ ਨੂੰ ਦੇਖੀਏ, ਇਹ ਬਹੁਤ ਵਧੀਆ ਮਤਲਬ ਇੱਕ ਅਦਾਰਾ, ਪਰ ਫੀਸ ਨੂੰ ਲੈ ਕੇ ਕਾਫ਼ੀ ਮਤਲਬ ਆਮ ਲੋਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਜਿਨ੍ਹਾਂ ਨੂੰ ਜ਼ਰੂਰਤ ਆ, ਅੱਜ ਆਰਥਿਕ ਪੱਖੋਂ ਕਮਜ਼ੋਰ ਨੇ, ਉਹ ਕਹਿੰਦੇ ਕਿ ਇਹਨਾਂ ਦੇ ਫੀਸਸ ਬਹੁਤ ਜ਼ਿਆਦਾ ਨੇ, ਅਤੇ ਇੱਥੇ ਸਿਰਫ ਸਟੂਡੈਂਟਸ ਆਉਂਦੇ ਨੇ, ਅਤੇ ਇਹਦਾ ਮਤਲਬ ਇਹ ਆ ਕਿ ਅਸੀਂ ਦੇਖਦੇ ਹਾਂ ਕਿ ਇੱਥੇ ਜਿਹੜਾ ਸੀਟਾਂ ਵੀ ਪੂਰੀ ਤਰ੍ਹਾਂ ਫਿਲ ਨਹੀਂ ਹੁੰਦੀਆਂ, ਬੇਕਰੀ ਦੇ ਵਿੱਚ ਇੱਕੋ ਹੀ ਸਟੂਡੈਂਟ ਆ ਮੈਂ ਹੇਠਾਂ ਦੇਖ ਕੇ ਹਾਂ,
ਮੇਰਾ ਖਿਆਲ ਬੇਕਰੀ 'ਚ ਤਾਂ ਤੁਸੀਂ ਦੇਖਿਆ ਕਿ ਆਪਾਂ ਟ੍ਰੇਨਿੰਗ ਕਿੰਨੀਆਂ ਦੇ ਕੇ ਉਹ ਲੋਕ ਆਪਦੇ ਘਰ 'ਚ ਬਣਾਉਣ ਵੀ ਲੱਗ ਗਏ ਨੇ। ਸੋ ਜਿੱਥੇ ਤਾਂ ਫੀਸ ਦੀ ਗੱਲ ਹੈ, ਫੀਸ ਤਾਂ ਬਹੁਤ ਨੋਮੀਨਲ ਹੈ ਜਿਹੜਾ ਰੋ ਮਟੀਰੀਅਲ ਖਰੀਦਣ 'ਚ ਲੱਗਦਾ ਹੈਗਾ, ਕਿਉਂਕਿ ਮੰਤਰਾਲੇ 'ਚ ਕੋਈ ਆਹ ਸਿਸਟਮ ਨਹੀਂ ਆਉਂਦਾ ਵੀ ਤੁਸੀਂ ਕਿੰਨੇ ਦਾ ਘਿਓ ਖਰੀਦਿਆ, ਕਿੰਨੇ ਦਾ ਆਟਾ ਖਰੀਦਿਆ, ਉਹ ਰੋ ਮਟੀਰੀਅਲ ਵਾਸਤੇ ਲੋਕਾਂ ਨੂੰ ਦੇਣਾ ਹੁੰਦਾ। ਬਾਕੀ ਜਿੱਥੇ ਤਾਂ ਮੈਨੂੰ ਪਤਾ ਹਫ਼ਤੇ ਦੀ ਟ੍ਰੇਨਿੰਗ ਵਾਸਤੇ 1500-3000 ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਇਹਨਾਂ ਮਸ਼ੀਨਾਂ ਦੀ ਮੇਨਟੇਨੈਂਸ ਵੀ ਹੁੰਦੀ, ਅਤੇ ਕੋਈ ਗਰੀਬ ਇਹੋ ਜਿਹਾ ਹੋਏ ਤਾਂ ਆਪਣਾ ਉਹਨਾਂ ਦੀ ਮਦਦ ਕਰਨ ਵਾਸਤੇ ਆਪਾਂ ਇੱਥੇ ਹਾਜ਼ਰ ਹਾਂ। ਬਿਲਕੁਲ, ਇਹ ਗਲਤ ਇਨਫੋਰਮੇਸ਼ਨ ਹੈ। ਇਫ ਦਾ ਗਵਰਨਮੈਂਟ ਹੈਡ ਸਪੋਰਟਡ, ਸੋ ਇਸੇ ਵਾਸਤੇ ਜਿਹੜਾ ਆਪਾਂ ਫੂਡ ਪ੍ਰੋਸੈਸਿੰਗ ਦਾ ਮੇਲਾ ਹੁਣ ਸ਼ੁਰੂ ਕੀਤਾ ਹੈਗਾ, ਇਟਸ ਇੱਕ ਫੈਸਟੀਵਲ ਹੋਊਗਾ ਜਿੱਥੇ ਦੇਸ਼ ਭਰ 'ਚ ਜਿਹੜੇ ਛੋਟੇ ਛੋਟੇ ਇੰਟਰਪ੍ਰੀਨਰਸ ਹੈਗੇ ਉਹਨਾਂ ਨੂੰ ਇੱਥੇ ਆ ਕੇ ਉਹ ਸ਼ੋਕੇਸ ਕਰਨਗੇ। ਜਿਵੇਂ ਮੈਂ ਦੱਸਿਆ ਕਿ ਉਹਨਾਂ ਦੀ ਪੂਰੀ ਉੱਥੇ ਪਾਰਟੀਸਪੇਸ਼ਨ ਬਿਲਕੁਲ ਫ੍ਰੀ ਹੋਊਗੀ, ਰਹਿਣਾ ਸਹਿਣਾ ਵੀ ਆਪਾਂ ਫ੍ਰੀ, ਆਪਣਾ ਪ੍ਰੋਡਿਊਸ ਲਾ ਕੇ ਉੱਥੇ ਉਹ ਵੇਚਣਗੇ। ਇੱਕ ਤਰੀਕੇ ਨਾਲ ਉਹਨਾਂ ਨੂੰ ਐਕਸਪੋਜ਼ਰ ਹੋਊਗਾ ਕਿ ਬਾਕੀ ਦੇਸ਼ 'ਚ ਕੀ ਕੁਛ ਲੋਕ ਕਰ ਰਹੇ ਨੇ, ਅਤੇ ਜਿਹੜੇ ਰਿਟੇਲਰ ਸੀ ਉਹਨਾਂ ਨੂੰ ਇੱਕ ਸੋਰਸਿੰਗ ਦਾ ਇੱਕ ਤਰੀਕਾ ਮਿਲ ਜੂਗਾ। ਸੋ ਆਪਣੇ ਵੱਲੋਂ ਆਪਾਂ ਰਿਟੇਲ ਦਾ ਵੀ ਪੂਰਾ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਆਪਣੇ ਮੰਤਰਾਲੇ 'ਚ ਜਿਹੜੇ 800-900 ਪ੍ਰੋਜੈਕਟਸ ਚੱਲ ਰਹੇ ਨੇ, ਤੁਹਾਨੂੰ ਪਤਾ ਕਿ ਮੇਰੇ ਮੰਤਰਾਲੇ ਦੇ ਰਾਹੀਂ ਅਸੀਂ 100% FDI ਅਲਾਓ ਕਰ ਦਿੱਤਾ ਸੀ ਇਨ ਦਾ ਰਿਟੇਲ ਸੈਕਟਰ, ਜਿਹਦੇ ਕਰਕੇ ਵੱਡੀ ਵੱਡੀ ਜਿਹੜੀਆਂ ਕੰਪਨੀਆਂ ਆਈਆਂ ਨੇ ਜਿਨ੍ਹਾਂ ਨੇ ਹੁਣ ਆਪਣੇ ਵੱਡੇ ਵੱਡੇ ਆਊਟਲੈਟਸ ਖੋਲ੍ਹੇ ਨੇ ਵੇਚਣ ਵਾਸਤੇ, ਇਹ ਸਾਰੇ ਚਾਹੁੰਦੇ ਨੇ ਕਿ ਸਾਨੂੰ ਸਪਲਾਇਰਸ ਮਿਲੇ। ਅਤੇ ਛੋਟੇ ਛੋਟੇ ਇੱਕ ਕਿਸਾਨ ਦੇ ਨਾਲ ਨਹੀਂ, ਉਹਨਾਂ ਨੂੰ ਚਾਹੀਦਾ ਕਿਸਾਨ ਇਕੱਠੇ ਹੋ ਕੇ ਸਾਨੂੰ ਬਲਕ 'ਚ ਦੇਣ, ਜਿਹੜੇ ਸਾਰੇ ਦੇਸ਼ ਭਰ 'ਚ ਅਸੀਂ ਫਰੂਟਸ ਐਂਡ ਵੈਜੀਟੇਬਲ ਵਾਸ਼ ਕਲੀਨ ਸੋਰਟਿਡ ਗ੍ਰੇਡਿਡ ਪੈਕਡ ਸਿਰਫ ਉਹ ਹੀ ਦੇ ਦੇਣ। ਸੋ ਇਹ ਸਾਰੇ ਸਟੈਪਸ ਇੱਕ ਰਿਟੇਲ ਸੈਕਟਰ ਨੂੰ ਵੀ ਵਧਾਉਣ ਵਾਸਤੇ ਹੈਗਾ, ਲੇਕਿਨ ਸਾਡੇ ਦੇਸ਼ 'ਚ ਕਿਉਂਕਿ ਪ੍ਰੋਸੈਸਿੰਗ ਲੈਵਲਸ ਹੀ ਬਹੁਤ ਘੱਟ ਨੇ, ਅਸੀਂ ਸਿਰਫ ਜਿਹੜਾ ਪ੍ਰੋਡਿਊਸ ਕਰਦੇ ਹਾਂ ਮਸਾਂ ਉਹਦੇ ਵਿੱਚੋਂ 10% ਅਸੀਂ ਪ੍ਰੋਸੈਸ ਕਰਦੇ ਹਾਂ। ਸੋ ਅਜੇ ਤਾਂ ਇਨਫਰਾਸਟਰਕਚਰ ਲਗਾਉਣ ਦਾ ਮੇਰਾ ਪਿਛਲੇ 5 ਸਾਲਾਂ 'ਚ ਨਿਸ਼ਾਨਾ ਸੀ ਕਿ ਇਨਫਰਾਸਟਰਕਚਰ ਪ੍ਰੋਸੈਸਿੰਗ ਦਾ ਲੱਗੇ। ਅਜੇ ਵੀ ਆਪਾਂ ਦੇਖੀਏ ਕਿ ਇੱਥੇ ਇਲਾਕੇ ਦੀ ਗੱਲ ਕਰੀਏ ਕਿਹਨੂੰ ਇੰਨਾ ਹੈਗਾ, ਲੇਕਿਨ ਕਿਹਨੂੰ ਪ੍ਰੋਸੈਸਿੰਗ ਕਰਨ ਵਾਸਤੇ ਯੂਨਿਟ ਕਿੰਨੇ ਨੇ, ਭਾਵੇਂ ਸਾਡੇ ਕੋਲ ਚੋਨਾ ਅਤੇ ਕਣਕ ਨੇ, ਲੇਕਿਨ ਬਹੁਤ ਕੁਛ ਇਹਦੇ ਵਿੱਚੋਂ ਵੀ ਬਣ ਸਕਦਾ ਹੈ। ਕਿੰਨੇ ਕੁ ਬਿਸਕਿਟ ਦੇ ਫੈਕਟਰੀ ਆ, ਨਮਕੀਨ ਦੇ ਫੈਕਟਰੀ, ਆਲੂ ਹੈਗਾ, ਆਲੂ ਦੇ ਚਿਪਸ ਬਣਾਉਂਦੇ ਕਿਹੜੀ ਫੈਕਟਰੀ ਹੈ। ਸੋ ਬਹੁਤ ਕੁਛ ਹੋਰ ਹੋ ਸਕਦਾ ਹੈ। ਜਦ ਸਾਡੀ ਸਰਕਾਰ ਸੀ, ਸੁਖਬੀਰ ਜੀ ਨੇ ਫੂਡ ਪ੍ਰੋਸੈਸਿੰਗ ਇੱਕ ਪੋਲਿਸੀ ਕੱਢੀ ਸੀ, ਲੇਕਿਨ ਅਨਫੋਰਚੁਨੇਟਲੀ ਸਰਕਾਰ ਬਦਲਣ ਦੇ ਬਾਅਦ ਤੁਸੀਂ ਆਪ ਹੀ ਜਾਣਦੇ ਹੋ ਕਿ ਪੋਲਿਸੀ ਕੀ, ਜਿਹੜਾ ਮੁੱਖ ਮੰਤਰੀ ਦਫ਼ਤਰ ਹੀ ਨਾ ਜਾਏ ਤਾਂ ਉਹਨੇ ਪੋਲਿਸੀ ਕੀ ਦੇਖਣੀ ਹੈ ਅਤੇ ਕਿਸ ਸੈਕਟਰ ਨੂੰ ਬੜਾਵਾ ਕੀ। ਬਿਨਾਂ ਮੈਂਬਰ ਹੋਣ ਦੇ ਬਾਵਜੂਦ ਤੁਸੀਂ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਗਏ ਹੋ, ਕੌਣ ਕਹਿੰਦਾ, ਕਿਹਨੇ ਕਿਹਾ, ਕਿਹਨੇ? ਅਤੇ ਕਾਂਗਰਸ ਦੇ ਮੰਤਰੀਆਂ ਨੂੰ ਸਾਡੀ ਅਟੈਂਡੈਂਸ ਮਿਲਦੀ ਹੈ ਕਿ ਕੌਣ ਜਾ ਰਿਹਾ ਕੌਣ ਨਹੀਂ ਜਾ ਰਿਹਾ? ਪਹਿਲੀ ਗੱਲ ਤਾਂ ਕੋਰ ਕਮੇਟੀ ਕਿਹਨੂੰ ਬੁਲਾਏ ਕਿਹਨੂੰ ਨਾ ਬੁਲਾਏ, ਇਹ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਫੈਸਲਾ ਹੈ, ਕਾਂਗਰਸ ਦਾ ਫੈਸਲਾ ਨਹੀਂ। ਕਾਂਗਰਸ ਨੂੰ ਫੈਸਲਾ ਕਰਨਾ, ਜੇ ਉਹਨਾਂ ਦਾ ਮੁੱਖ ਮੰਤਰੀ 3 ਸਾਲਾਂ 'ਚ ਦਫ਼ਤਰ ਕਿੰਨੇ ਦਿਨ ਗਿਆ ਹੈ, ਅਤੇ ਆਪਣਾ ਧਿਆਨ ਉਸ ਪਾਸੇ ਰੱਖਣ ਕਿ ਉਹਨੇ ਮਾਨਯੋਗ ਮੁੱਖ ਮੰਤਰੀ ਜੀ ਦਫ਼ਤਰ ਜਾਣ ਅਤੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਕੰਮ ਕਰਨ। ਮੈਂ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਜਾਂਦੀ ਉਹ ਮੇਰੀ ਪਾਰਟੀ ਅਤੇ ਮੇਰੀ ਕੋਰ ਕਮੇਟੀ ਡਿਸਾਈਡ ਕਰਦੀ। ਅਕਾਲੀ ਦਲ ਹੁਣ ਉਹਨਾਂ ਦੇ ਕਹਿਣ 'ਚ ਕੀ ਹੁੰਦਾ ਹੈ? ਹੁਣ ਉਹਨਾਂ ਨੂੰ ਬੋਲੋ ਕਿ ਜਿਹੜੀ ਗੁਟਕਾ ਸਾਹਿਬ 'ਤੇ ਝੂਠੀ ਸੌਂਹ ਖਾਧੀਆਂ ਸੀਗੀਆਂ, ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ, ਹਰ ਕਿਸਾਨ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀਗੀ, ਗਰੀਬਾਂ ਨੂੰ ਆਟੇ ਦਾਲ ਦੇ ਨਾਲ ਘਿਓ ਅਤੇ ਖੰਡ ਦੇਣ ਦੀ ਗੱਲ ਕੀਤੀ ਸੀ, ਨੌਜਵਾਨਾਂ ਨੂੰ ਮੋਬਾਈਲ ਫੋਨ ਦੇਣ ਦੀ ਗੱਲ ਕੀਤੀ ਸੀ, ਪੈਨਸ਼ਨ ਨੂੰ 2500 ਦੇਣ ਦੀ ਗੱਲ ਕੀਤੀ। ਉਹ ਤਾਂ ਉਹਦੀ ਗੱਲ ਕਰਨ ਜਿਹੜਾ ਇਹਨਾਂ ਦੇ ਚੋਣ ਮੈਨੀਫੈਸਟੋ 'ਚ ਇਹਨਾਂ ਨੇ ਲਿਖਿਆ ਸੀ, ਮੇਰੀ ਪਰਵਾਹ ਨਾ ਕਰਨ, ਆਪਣਾ ਕੰਮ ਕਰ ਲੈਣ, ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ। ਇਸ ਮੌਕੇ ਤੇ ਮੁਕਤਸਰ ਤੋਂ ਅਕਾਲੀ ਦਲ ਸਮਰਥਕ ਹਰਜਿੰਦਰ ਕੌਰ ਉੱਪਲ ਨੇ ਆਪਣੀਆਂ ਮੰਗਾਂ ਵੀ ਹਰਸਿਮਰਤ ਕੌਰ ਬਾਦਲ ਸਾਹਮਣੇ ਰੱਖੀਆਂ। ਬੇਨਤੀ ਕਰਦੀ ਆ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਜਿੰਦਰ ਕੌਰ ਉੱਪਲ ਵੱਲੋਂ, ਤੇ ਸੋ ਮੈਡਮ ਨੇ ਮੈਨੂੰ ਇੱਥੇ ਬਹੁਤ ਵਧੀਆ ਆਉਣ ਦਾ ਮੌਕਾ ਦਿੱਤਾ। ਸਾਨੂੰ ਪਿੰਡਾਂ 'ਚ ਕੀ ਪ੍ਰੋਬਲਮ ਆਉਂਦਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਪਹਿਲਾਂ ਤਾਂ ਸਭ ਤੋਂ ਵੱਡੀ ਪ੍ਰੋਬਲਮ ਪਰਮਾਤਮਾ ਜਦੋਂ ਕਿਸੇ ਦੇ ਕਰੋਗ ਹੁੰਦਾ, ਪਹਿਲਾਂ ਮੇਰੇ 3 ਬ੍ਰਦਰ ਸੀ, ਤਿੰਨਾਂ ਦੀ ਡੈਥ ਹੋਈ, ਫਾਦਰ ਦੀ ਡੈਥ ਹੋਈ, ਮੇਰੇ ਤਾਇਆ ਜੀ ਦੀ। ਸਾਡੇ ਘਰ ਦੇ ਵਿੱਚ ਜੈਂਟਸ ਕੋਈ ਨਹੀਂ ਕਮਾਈ ਵਾਲਾ, ਸੋ ਪੇਂਡੂ ਲੈਵਲ 'ਤੇ ਉੱਠ ਕੇ ਮੈਂ ਇੱਥੋਂ ਤੱਕ ਆਈ ਹਾਂ। ਪਹਿਲਾ ਨੰਬਰ ਤਾਂ ਮੈਡਮ ਨੂੰ ਕਹੂੰਗੀ ਕਾਨੂੰਨ ਹੈਗਾ ਪੰਜਾਬ 'ਚ ਸੋ ਲਾਗੂ ਕੀਤਾ ਜਾਵੇ, ਕਿਉਂਕਿ ਜਿਹੜੀਆਂ ਸਾਡੀਆਂ ਬੱਚੀਆਂ ਉਹ ਬਾਹਰ ਨਿਕਲ ਤੋਂ ਡਰਦੀਆਂ, ਰਾਤ ਨੂੰ 12-1 ਵਜੇ ਗਈ ਤਾਂ ਮੈਂ ਲੈ ਪਾਣੀ ਦੇ ਰਹੀ ਹਾਂ। ਸੋ ਮੈਡਮ ਨੂੰ ਮੈਂ ਇਹ ਗੱਲ ਸਾਫ਼, ਕਿਉਂਕਿ ਮੈਂ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖਦੀ,
ਚਾਹੇ ਮੈਨੂੰ ਇੱਕ ਬਿੱਟੂ ਚੱਕਲੇ ਦੀ ਇੰਟਰਵਿਊ ਹੋਈ ਆ, 2 ਮਿਲੀਅਨ ਵਿਊ ਹੋਏ ਆ, ਪਬਲਿਕ ਬਹੁਤ ਜਾਣਦੀ ਆ, ਪਰ ਜੇ ਸਾਡੇ ਖੇਤਾਂ ਦੇ ਵਿੱਚ ਮੋਟਰਾਂ ਲੱਗੀਆਂ ਇੱਕ ਬਾਦਲ ਕਰਕੇ ਲੱਗੀਆਂ, ਅੱਜ ਅਸੀਂ ਕੋਸ਼ਿਸ਼ ਕਰੀਏ ਕਾਂਗਰਸ ਤੋਂ ਲਵਾ ਕੇ ਦੇਖ ਲਓ। ਮੈਂ ਕਿਸੇ ਦੇ ਹੱਕ 'ਚ ਨਹੀਂ ਬੋਲਣਾ ਚਾਹੁੰਦੀ, ਪਰ 24 ਘੰਟਿਆਂ ਵਾਲੀ ਲਾਈਟ ਆ ਬਾਦਲ ਸਰਕਾਰ ਕਰਕੇ ਆ। ਸੋ ਇੱਥੇ ਬਠਿੰਡੇ ਦਾ ਮੈਂ ਬਹੁਤ ਸਾਰਾ ਵਿਕਾਸ ਦੇਖਿਆ, ਜੋ ਕਿ ਮੈਡਮ ਦੀ ਬਦੌਲਤ ਆ। ਮੈਂ ਕਹਿੰਦੀ ਇਹ ਵਿਕਾਸ ਸਾਡੇ ਮੁਕਤਸਰ ਏਰੀਏ ਦੇ ਵਿੱਚ ਹੋਣਾ ਚਾਹੀਦਾ। ਸਾਡੇ ਨੇੜੇ ਜਿਹੜੀਆਂ ਖਾਸ ਕਰਕੇ ਲੇਡੀਜ਼ ਨੇ, ਉਹਨਾਂ ਲਈ ਇਵੇਂ ਦੇ ਟ੍ਰੇਨਿੰਗ ਸੈਂਟਰ ਖੁੱਲ੍ਹੇ ਜਾਣ, ਜੋ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹ ਸਿੱਖਣਾ ਚਾਹੁੰਦੀਆਂ, ਇਵੇਂ ਦੇ ਹਾਲਾਤਾਂ 'ਚੋਂ ਅੱਗੇ ਜ਼ਰੂਰ ਆਉਣ। ਅਤੇ ਸੋ ਮੈਡਮ ਨੂੰ ਮੈਂ ਇਹ ਵੀ ਬੇਨਤੀ ਕਰੂੰਗੀ ਵੀ ਇੱਕ ਖਾਸ ਕੋਈ ਕਾਨੂੰਨ ਕੋਈ ਬਿੱਲ ਦੇ ਵਿੱਚ ਇਹ ਚੀਜ਼ ਪਾਸ ਕੀਤੀ ਜਾਵੇ ਵੀ ਜਿਹਦੀ ਫੈਮਿਲੀ ਦੇ ਵਿੱਚ ਕੋਈ 5-6 ਜਿਹੜੇ ਮਰਦ ਨੇ ਉਹਨਾਂ ਦੀਆਂ ਲੈਣ ਵਾਰ ਡੈਥ ਹੋ ਜਾਂਦੀਆਂ, ਉਹਨਾਂ ਦੀ ਕੋਈ ਪਰਸਨਲ ਤੌਰ 'ਤੇ ਸਰਕਾਰ ਵੱਲੋਂ ਹੈਲਪ ਹੋਣੀ ਚਾਹੀਦੀ ਆ। ਸੋ ਮੈਂ ਪੜ੍ਹੀ ਲਿਖੀ ਵੀ ਹਾਂ, BSF ਦੀ ਟ੍ਰੇਨਿੰਗ ਵੀ ਕੀਤੀ ਆ, ਪੰਜਾਬ ਪੁਲਿਸ ਦੀਆਂ ਭਰਤੀਆਂ ਵੀ ਇੱਕ ਮੈਨੂੰ ਬਹੁਤ ਸਾਰਿਆਂ ਨੇ ਕਿਹਾ ਮੈਡਮ ਦੇ ਮੈਂ ਪਹਿਲੀ ਵਾਰੀ ਰੂਬਰੂ ਹੋਈ ਹਾਂ। ਸੋ ਮੇਰੇ ਘਰ ਵੀ ਕਾਫੀ ਵੀ ਲੀਡਰ ਗਏ ਆ, ਮੈਨੂੰ ਕਈਆਂ ਨੇ ਕਿਹਾ ਜੀ ਤੁਹਾਡਾ ਕਰਜ਼ਾ ਮਾਫ਼ ਹੋ ਜੂਗਾ, ਮੇਰੀ 5 ਏਕੜ ਜ਼ਮੀਨ ਆ, ਮੇਰਾ 1 ਰੁਪਿਆ ਵੀ ਮਾਫ਼ ਨਹੀਂ ਹੋਇਆ। ਇਹ ਵੀ ਇੱਕ ਸੱਚਾਈ ਆ, ਪਰ ਜੋ ਬਾਦਲ ਸਰਕਾਰ ਨੇ ਕਿਹਾ ਸੀ ਜ਼ਿਆਦਾਤਰ ਕੀਤਾ, ਜੋ ਕਾਂਗਰਸ ਨੇ ਕਿਹਾ ਅਤੇ ਮੈਨੂੰ ਲੱਗਦਾ ਜੀ 50% ਵੀ ਕੀਤਾ। ਮੈਂ ਕਿਸੇ ਦੇ ਹੱਕ 'ਚ ਨਹੀਂ ਬੋਲਦੀ, ਪਰ ਸੱਚਾਈ ਆ, ਸਾਡੇ ਕਿਸਾਨ ਆ ਖੁਦਕੁਸ਼ੀ ਕਰਦੇ ਆ। ਖੁਦਕੁਸ਼ੀ ਕਰਨ ਦਾ ਮੇਨ ਕਾਰਨ ਇਹ ਆ, ਜਦੋਂ ਸਾਡਾ ਸਾਰਾ ਪਰਿਵਾਰ ਕੰਮ ਹੀ ਨਹੀਂ ਕਰਦਾ, ਅਸੀਂ ਕਮਾਉਣਾ ਇੱਕਣੇ ਆ, ਖਾਣਾ ਸਾਰੇ ਜੀਣੇ ਆ। ਸੋ ਮੇਰੀ ਇੱਥੇ ਕਿਸਾਨ ਵੀਰਾਂ ਨੂੰ ਬੇਨਤੀ ਆ, ਸ਼ਹਿਰੀ ਲੈਵਲ 'ਤੇ ਵੀ ਜਿੰਨੇ ਵੀ ਇੱਥੇ ਭੈਣ ਭਰਾ ਇਕੱਠੇ ਹੋਏ ਨੇ, ਜਿਹੜੀਆਂ ਆਪਣੀਆਂ ਬੱਚੀਆਂ ਨੇ, ਸਾਰੇ ਪਰਿਵਾਰ ਨੂੰ ਕੰਮ ਦੇ ਵਿੱਚ ਲੈ ਕੇ ਆਓ। ਜਿੰਨਾ ਚਿਰ ਆਪਾਂ ਆਪਣੀ ਜਿਹੜੀ ਇਨਕਮ ਆ ਉਹ ਨਹੀਂ ਬਣਾਉਂਦੇ, ਆਪਣੀਆਂ ਬੱਚੀਆਂ ਦਾ ਡਰ ਨਹੀਂ ਕੱਢਦੇ, ਸੋ ਕਾਮਯਾਬ ਨਹੀਂ ਹੋ ਸਕਦੇ। ਜ਼ਿੰਦਗੀ ਦਾ ਕੋਈ ਟਾਰਗੇਟ ਰੱਖਣਾ ਚਾਹੀਦਾ ਅਤੇ ਉਹਦੇ ਵਿੱਚ ਮੰਜ਼ਿਲ ਦੇ ਵਿੱਚ ਆਪਾਂ ਨੂੰ ਥੋੜ੍ਹੇ ਬਹੁਤੇ ਰੋੜੇ ਤਾਂ ਆਉਂਦੇ ਹੀ ਆ। ਸੋ ਟਾਰਗੇਟ ਰੱਖ ਕੇ ਚੱਲਿਆ ਕਰੋ, ਸਰਕਾਰ ਸਾਡੀ ਸਾਡੀ ਸਤਿ ਸ਼੍ਰੀ ਅਕਾਲ। ਤੁਹਾਨੂੰ ਜਿਸ ਤਰ੍ਹਾਂ ਦੀ ਮਦਦ ਹੈਗੀ ਉਹ ਮੈਂ ਆਪਣੇ ਮੰਤਰਾਲੇ ਤੋਂ ਜੋ ਤੁਹਾਨੂੰ ਲੋੜ ਹੈ, ਬਸ ਆਪਣੇ ਵਰਗਿਆਂ ਨੂੰ ਹੋਰ ਜੋੜੋ ਨਾਲ, ਠੀਕ ਹੈ। ਇਹਨਾਂ ਦਾ ਖਾਸ ਧਿਆਨ ਰੱਖਣਾ ਪ੍ਰਤਿਭਾ, ਵਟਐਵਰ ਹੈਲਪ ਸ਼ੀ ਨੀਡਸ ਟੂ ਐਕਸਪੈਂਡ ਪਲੀਜ਼ ਹੈਲਪ। ਸਤਿ ਸ਼੍ਰੀ ਅਕਾਲ ਮੈਮ, ਸਾਡੀ ਸੰਸਥਾ ਹੈ ਜੀ ਖੇਤ। ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੇ ਲਈ ਦਾਖਲ ਹੋਏ ਹਰਪ੍ਰੀਤ ਸਿੰਘ ਨਾਮ ਦਾ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦੱਸ ਦਈਏ ਕਿ ਹਰਪ੍ਰੀਤ ਸਿੰਘ ਨੂੰ ਪਿਛਲੇ ਦਿਨੀ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਦਰਅਸਲ ਮੱਧ ਪ੍ਰਦੇਸ਼ ਦੇ ਫੌਜੀ ਟ੍ਰੇਨਿੰਗ ਸੈਂਟਰ ਵਿੱਚੋਂ ਫੌਜ ਦੇ ਹਥਿਆਰ ਹਰਪ੍ਰੀਤ ਸਿੰਘ ਨੇ ਚੋਰੀ ਕੀਤੇ ਸੀ। ਬੀਤੀ 9 ਦਸੰਬਰ ਨੂੰ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਉਸਦੇ 4 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਦੱਸ ਦਈਏ ਕਿ ਹਰਪ੍ਰੀਤ ਸਿੰਘ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸੀ। ਹੱਥ 'ਤੇ ਸੱਟ ਲੱਗਣ ਕਾਰਨ ਹਰਪ੍ਰੀਤ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਮੌਕਾ ਦੇਖ ਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਹਰਪ੍ਰੀਤ ਜਿਹੜਾ ਭੱਜ ਗਿਆ, ਕਿਸ ਤਰ੍ਹਾਂ ਫਰਾਰ ਹੋਇਆ? ਕਿ ਇਹ ਸਵੇਰੇ ਕਦੇ ਸੁਬਾਹ ਬਾਥਰੂਮ ਕਰਨ ਲਈ ਉੱਠਿਆ, ਜਦੋਂ ਮੁਲਾਜ਼ਮ ਸਾਡੇ ਲੈ ਕੇ ਗਏ ਨੂੰ, ਮੁਲਾਜ਼ਮ ਨੂੰ ਬਾਥਰੂਮ ਬਾਅਦ 'ਚ ਆਇਆ, ਜਦੋਂ ਉਹਨੇ ਉਦੋਂ ਮੁਲਾਜ਼ਮ ਦੇ ਪੁੱਛ ਕੇ ਧੱਕਾ ਮਾਰਿਆ, ਧੱਕਾ ਮਾਰ ਕੇ ਦੌੜ ਗਿਆ। ਇਹ ਕਿਹੜੇ ਮਾਮਲੇ 'ਚ ਇੱਥੇ ਸੀਗਾ? ਇਹ ਟਾਂਡੇ ਦਾ ਮਿਲਿਆ ਸੀ, 260 ਨੰਬਰ ਮੁਕੱਦਮਾ ਅਤੇ 399-402 ਆਰਮ ਜੈਕਟ ਦੇ ਤਹਿਤ ਅਰੈਸਟ ਸੀਗਾ। ਉੱਥੋਂ ਜੇਲ੍ਹ 'ਚੋਂ ਇਹ ਰੈਫਰ ਹੋ ਕੇ ਆਇਆ ਸੀ ਅਤੇ ਇਲਾਜ ਦੇ ਸੰਬੰਧ ਆਰਮੀ ਬੇਸ ਦੇ ਵਿੱਚ ਅਸਾਸ ਰਾਈਫਲ ਨਾਲ ਚੱਕਿਆ ਗਿਆ ਸੀ, ਖਤਰਨਾਕ ਮੁਜਰਮ ਸੀ, ਕਿਤੇ ਕੋਈ ਕੁਤਾਹੀ ਹੈ? ਦੱਸ ਰਹੇ ਆ, ਪਤਾ ਨਹੀਂ ਹੁਣ ਕਿਹੜੇ ਸਾਡੇ ਕੋਲ ਅਤੇ ਇੰਨੀ ਇੰਟੀਮੇਸ਼ਨ ਸੀ ਵੀ ਇਸ ਮਾਮਲੇ 'ਚ ਇੱਥੇ ਜੇਲ੍ਹ 'ਚ ਬੰਦ ਸੀ ਅਤੇ ਕੈਦੀ ਇੱਥੇ ਦਾਖਲ ਆ। ਕੋਈ ਕਿਤੇ ਨਾ ਕਿਤੇ ਕੁਤਾਹੀ ਲੱਗਦੀ ਕਿ ਕਿਤੇ ਨਾ ਕਿਤੇ ਆਈ ਹੋਵੇ ਇਹਦੇ ਵਿੱਚ? ਆਈ ਹੈ ਤਾਂ ਹੀ ਨੱਠਿਆ ਹੋਊਗਾ, ਤੁਹਾਨੂੰ ਇੱਦਾਂ ਕੁਤਾਹੀ ਤੋਂ ਬਿਨਾਂ ਕਿੱਦਾਂ ਜਾ ਸਕਦਾ? ਠੀਕ ਹੈ। ਪੰਜਾਬ ਵਿੱਚ ਹੋ ਰਹੀ ਭਾਰੀ ਬਾਰਿਸ਼ ਨੇ ਇੱਕ ਵਾਰ ਫਿਰ ਠੰਡ ਦਾ ਕਹਿਰ ਮਚਾ ਦਿੱਤਾ ਹੈ। ਉੱਥੇ ਜੇਕਰ ਗੱਲ ਕੀਤੀ ਜਾਵੇ ਨਾਭਾ ਦੀ ਤਾਂ ਉੱਥੇ ਦਿਨ ਵਿੱਚ ਹੀ ਹਨੇਰਾ ਛਾ ਗਿਆ, ਜਿਸ ਕਰਕੇ ਵਾਹਨ ਚਲਾਉਣ ਵਾਲਿਆਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਆਨ ਕਰਕੇ ਸੜਕ 'ਤੇ ਆਪਣੇ ਵਹੀਕਲ ਚਲਾਉਣੇ ਪਏ। ਦੱਸ ਦਈਏ ਕਿ ਤਿਉਹਾਰ ਦੇ ਦਿਨਾਂ ਵਿੱਚ ਹੋਈ ਬਾਰਿਸ਼ ਕਰਕੇ ਦੁਕਾਨਦਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਤਿਉਹਾਰ ਸੀ ਪਰੰਤੂ ਬਾਰਿਸ਼ ਦੇ ਕਾਰਨ ਜਿਹੜਾ ਤਿਉਹਾਰ ਹੈਗਾ ਉਹ ਬਿਲਕੁਲ ਲੋਕਾਂ ਦੇ ਜਿਹੜੇ ਨਿਰਾਸ਼ਾ ਪਈ ਜਾ ਰਹੀ ਹੈ ਵੀ ਮੀਂਹ ਦੇ ਕਾਰਨ ਜਿਹੜਾ ਪ੍ਰੋਗਰਾਮ ਰੱਖੇ ਹੋਏ ਸੀਗੇ ਲੋਕਾਂ ਦੇ ਸ਼ਾਮ ਨੂੰ ਲੋਹੜੀ ਦੇ ਉਹ ਸਾਰੇ ਕੈਂਸਲ ਹੋ ਗਏ ਨੇਗੇ। ਰੌਣਕ ਬਹੁਤ, ਹਾਂ ਬਾਜ਼ਾਰ ਦੇ ਵਿੱਚ ਸੁੰਨਾ ਪਿਆ ਤਕਰੀਬਨ ਮੀਂਹ ਦੇ ਕਾਰਨ, ਲੋਕ ਆਪਣੇ ਘਰ ਬੈਠੇ ਨੇਗੇ, ਬਾਹਰ ਨਿਕਲ ਨਹੀਂ ਸਕਦੇ, ਮੀਂਹ ਪੈ ਰਿਹਾ ਹੈਗਾ। ਮੀਂਹ ਤੱਕ ਸਵੇਰ ਤੋਂ, ਬਸ ਬੱਦਲਬਾਜ਼ੀ ਤਾਂ ਸਵੇਰ ਤੋਂ ਹੋਈ ਵੀ ਹੈਗੀ ਹੈ ਅਤੇ ਹੁਣ ਪੂਰਾ ਜ਼ੋਰ ਨਾਲ ਮੀਂਹ ਪੈ ਰਿਹਾ ਹੈਗਾ ਅਤੇ ਰੁਕਣ ਵਾਲਾ ਵੀ ਲੱਗਦਾ ਨਹੀਂ ਹੈਗਾ ਮੀਂਹ ਛੇਤੀ ਛੇਤੀ ਹੈਗੀ। ਮੌਸਮ ਬਹੁਤ ਖਰਾਬ ਹੋ ਗਿਆ ਇਸ ਕਰਕੇ ਗਾਹਕ ਹੈ ਨਹੀਂ ਗਾ ਬਿਲਕੁਲ ਜੀ।
ਮੌਸਮ ਦੇ ਕਰਕੇ ਬਹੁਤ ਦਿੱਕਤ ਆ ਰਹੀ ਹੈ ਸਾਨੂੰ, ਸਾਡੇ ਕੋਲ ਮਾਲ ਬਹੁਤ ਬਚੂਗਾ, ਦਿੱਕਤ ਮੌਸਮ ਠੀਕ ਹੁੰਦਾ ਚੱਲ ਜਾਂਦਾ ਕੰਮ ਜੀ। ਸਵੇਰ ਦਾ ਹੀ ਖਰਾਬ ਹੈ ਜੀ ਮੌਸਮ, ਬਾਰਿਸ਼ ਹੋ ਰਹੀ ਹੈ ਬਹੁਤ, ਕਸਟਮਰ ਨਿਕਲ ਨਹੀਂ ਰਿਹਾ ਘਰੋਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਬਸ ਇੰਨਾ ਹੀ, ਮੈਨੂੰ ਸਿਮਰਨ ਕੌਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਰੰਗਲਾ ਟੀਵੀ।